वैलेंटाइन डे ते एक प्यार दा संदेश दिंदे आ तां असीं कहिंदे आ कि इस दिन तुसीं अपने लव बर्ड्स दे लई ब्लड डोनेट करो आ के ਤਾਂ ਕਿ ਕਿਸੇ ਹੋਰ ਦੇ ਲਵਰਸ ਦੀ ਲਾਈਫ ਸੇਵ ਹੋ ਸਕੇ। ਅੱਜ ਦਾ ਹੀ ਦਿਨ ਕਿਉਂ ਚੂਜ਼ ਕੀਤਾ ਬਲੱਡ ਡੋਨੇਟ ਲਈ? ਕਿਉਂਕਿ ਦਿਨ ਤਾਂ ਕਾਫੀ ਵੀ ਨੇ। ਜਿਹੜੀ ਸਾਡੀ ਬਾਉਂਡਲੈਸ ਲਵ ਟੀਮ ਹੈ ਉਹਦੇ ਅੰਦਰ ਸਾਰੀਆਂ ਹੱਦਾਂ ਪਾਰ ਕਰਕੇ ਅਸੀਂ ਇੱਕ ਦੂਸਰੇ ਦੀ ਸਹਾਇਤਾ ਕਰਨ ਲਈ ਅੱਜ ਸਾਰੇ ਐਨਜੀਓਜ਼ ਜਿਹੜੀਆਂ ਇੱਕ ਐਸੇ ਪਲੇਟਫਾਰਮ ਤੇ ਖੜੀਆਂ ਹਾਂ ਜਿਨ੍ਹਾਂ ਨੇ ਅੱਜ ਦੇਖੋ ਬਲੱਡ ਡੋਨੇਸ਼ਨ ਇਹ ਸਭ ਤੋਂ ਵਧੀਆ ਦਾਨ ਹੈ। ਇਸ ਤੋਂ ਉੱਪਰ ਕੋਈ ਦਾਨ ਨਹੀਂ ਹੈ ਬਿਕਾਜ਼ ਯੂ ਸੇਵ ਸੋ ਮੈਨੀ ਲਾਈਵਸ ਇਨ ਦੈਟ। ਐਂਡ ਅੱਜ ਦਾ ਡੇ ਅਸੀਂ ਚੁਣਿਆ 14th of February ਕਿਉਂਕਿ ਮੇਰੀ ਸੋਚ ਇਹ ਆ ਕਿ ਆਪਣੇ ਲਈ ਆਪਾਂ ਸਾਰੇ ਜਿਉਂਦੇ ਹਾਂ ਕਿ ਕਿਸੇ ਹੋਰ ਲਈ ਜਿਉਣ ਦਾ। ਕਹਿੰਦੇ ਉਹ ਗਾਣੇ ਜਿਹੀਆਂ ਮੈਨੂੰ ਦੋ ਲਾਈਨਾਂ ਯਾਦ ਆਉਂਦੀਆਂ ਨੇ ਕਿ ਜੀਣਾ ਉਸਕਾ ਜੀਣਾ ਹੈ ਜੋ ਔਰੋਂ ਕੋਈ ਜੀਵਨ ਦੇਤਾ ਹੈ। ਮੇਰਾ ਖਿਆਲ ਹੈ ਲਾਈਨ ਤੁਹਾਡੇ 'ਤੇ ਇਸ ਇਹ ਤਾਂ ਬਹੁਤ ਢੁੱਕਦੀ ਆ ਕਿ ਅਦਰਵਾਈਜ਼ ਜੀਣਾ ਕੋਈ ਜੀਣਾ ਨਹੀਂ ਹੁੰਦਾ, ਇਹ ਜੀਣਾ ਅਸਲੀ ਹੈ। ਸਾਡੇ ਨਾਲ ਸੁਖਪ੍ਰੀਤ ਜੀ ਮੌਜੂਦ ਨੇ, ਆਪਾਂ ਉਹਨਾਂ ਤੋਂ ਪੁੱਛਦੇ ਹਾਂ ਕਿਉਂਕਿ ਅੱਜ ਉਹਨਾਂ ਵੱਲੋਂ ਇੱਕ ਐਨਜੀਓ ਵੱਲੋਂ ਜਿਹੜਾ ਆ ਕੈਂਪ ਲਾਇਆ ਜਾ ਰਿਹਾ ਬਲੱਡ ਦਾ, ਅਤੇ ਸਾਡੇ ਨਾਲ ਉਹ ਮੌਜੂਦ ਨੇ। ਸੁਖਪ੍ਰੀਤ ਜੀ, ਅਸੀਂ ਉਹਨਾਂ ਤੋਂ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ। ਅੱਜ 14 February ਹੈ ਅਤੇ ਅੱਜ ਜਿਹੜਾ ਬਲੱਡ ਦਾ ਕੈਂਪ ਲਾਇਆ ਜਾ ਰਿਹਾ, ਮੈਮ ਕਿਉਂ ਲਾਇਆ ਜਾ ਰਿਹਾ? ਮੈਮ ਇਹ ਐਕਚੁਲੀ ਅਸੀਂ ਮੌਂਟ ਕਲੱਬ ਦੇ ਟੀਮ ਦੇ ਹੇਠ 12 NGOs ਨੇ ਇਕੱਠੇ ਹੋ ਕੇ ਰਹਿਰਾਸ ਨਾਲ ਮਿਲ ਕੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ। ਇਸਦਾ ਜਿੱਦਾਂ ਅਸੀਂ ਵੈਲੇਂਟਾਈਨ ਡੇ 'ਤੇ ਇੱਕ ਪਿਆਰ ਦਾ ਸੰਦੇਸ਼ ਦਿੰਦੇ ਹਾਂ, ਤਾਂ ਅਸੀਂ ਕਹਿੰਦੇ ਹਾਂ ਕਿ ਇਸ ਦਿਨ ਤੁਸੀਂ ਆਪਣੇ ਲਵ ਬਰਡਸ ਦੇ ਲਈ ਬਲੱਡ ਡੋਨੇਟ ਕਰੋ ਆ ਕੇ ਤਾਂ ਕਿ ਕਿਸੇ ਹੋਰ ਦੇ ਲਵ ਬਰਡਸ ਦੀ ਲਾਈਫ ਸੇਵ ਹੋ ਸਕੇ। ਅਤੇ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਆਪਣੀ ਜਨਤਾ ਨੂੰ, ਆਪਣੇ ਅੱਜ ਦਾ ਹੀ ਦਿਨ ਕਿਉਂ ਚੂਜ਼ ਕੀਤਾ ਬਲੱਡ ਡੋਨੇਟ ਲਈ? ਕਿਉਂਕਿ ਦਿਨ ਤਾਂ ਕਾਫੀ ਵੀ ਨੇ, ਅਤੇ ਅੱਜ ਜੇ ਗੱਲ ਕੀਤੀ ਜਾਵੇ ਅੱਜ ਕੱਲਾ ਵੈਲੈਂਟਾਈਨ ਡੇ ਹੀ ਨਹੀਂ ਬਲਕਿ ਇੱਕ ਬਲੈਕ ਡੇ ਵੀ ਹੈ। ਮੈਮ ਠੀਕ ਹੈ, ਅਸੀਂ ਕਹਿੰਦੇ ਹਾਂ ਕਿ ਬਲੈਕ ਡੇ ਹੈ, ਬਲੈਕ ਡੇ ਹੋਏ ਜਾਂ ਵੈਲੈਂਟਾਈਨ, ਲੋਕ ਵੈਲੈਂਟਾਈਨ ਡੇ ਨੂੰ ਪ੍ਰੈਫਰ ਕਰਦੇ ਨੇ, ਉਸਨੂੰ ਪਿਆਰ ਦਾ ਦਿਨ ਮੰਨਦੇ ਨੇ। ਅਤੇ ਜੇ ਕਿਸੇ ਦੀ ਇੱਕ ਬਲੱਡ ਡੋਨੇਟ ਕਰਨ ਦੇ ਨਾਲ 3 ਲਾਈਫ ਸੇਵ ਹੋ ਸਕਦੀਆਂ ਨੇ, ਤਾਂ ਇਸ ਤੋਂ ਵੱਧ ਇਨਸਾਨੀਅਤ ਤੋਂ ਵੱਧ ਕੋਈ ਵੱਡਾ ਪਿਆਰ ਨਹੀਂ ਹੈ। ਅਤੇ ਇਸ ਕਰਕੇ ਅਸੀਂ ਹਰ ਸਾਲ ਵੈਲੈਂਟਾਈਨ ਡੇ 'ਤੇ ਹੀ ਅਸੀਂ ਬਲੱਡ ਲਗਾਉਂਦੇ ਹਾਂ, ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਹਾਂ। ਅਤੇ ਉਸਦੇ ਨਾਲ ਹੈ ਕਿ ਲੋਕਾਂ ਨੂੰ ਅਵੇਅਰਨੈਸ ਹੋਏ, ਲੋਕ ਇੱਥੇ ਮਾਰਕੀਟ 'ਚ ਆਉਂਦੇ ਨੇ ਅਤੇ ਉਹ ਵੀ ਕਿਸੇ ਦੇ ਲਵਸ ਵੱਲ ਨਹੀਂ ਜਾਨ ਬਚਾ ਸਕਣ। ਮੈਮ ਇੱਕ ਤਰੀਕੇ ਦੇ ਨਾਲ ਤੁਸੀਂ ਪਿਆਰ ਵਧਾ ਰਹੇ ਹੋ। ਹਾਂ ਮੈਮ, ਬਸ ਇਹੀ ਹੈ ਕਿ ਪਿਆਰ ਵੰਡੋ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਏ ਅਤੇ ਕਿਸੇ ਦੀ ਵੀ ਅਸੀਂ ਬਲੱਡ ਡੋਨੇਟ ਕਰਕੇ ਉਹਨਾਂ ਦੀ ਜਾਨ ਬਚਾ ਸਕੀਏ। ਕਿਹੜੀ NGO ਵੱਲੋਂ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਾਇਆ ਜਾ ਰਿਹਾ? ਮੈਮ ਇਹ ਬੌਂਡਸ ਕਲੱਬ ਦੇ ਅੰਡਰ 12 NGOs ਆਉਂਦੀਆਂ ਨੇ, ਉਹਨਾਂ ਦੇ ਨਾਲ ਰਹਿਰਾਸ ਨੇ ਮਿਲ ਕੇ ਅੱਜ ਦਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ। ਸੋ ਮੈਮ ਸਰ, ਅੱਜ ਇੱਕ ਬਲੱਡ ਡੋਨੇਟ ਦਾ ਜਿਹੜਾ ਹੈ ਕੈਂਪ ਲਾਇਆ ਜਾ ਰਿਹਾ, ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ? ਦੇਖੋ ਬਲੱਡ ਡੋਨੇਸ਼ਨ ਇਹ ਸਭ ਤੋਂ ਵਧੀਆ ਦਾਨ ਹੈ, ਇਸ ਤੋਂ ਉੱਪਰ ਕੋਈ ਦਾਨ ਨਹੀਂ ਹੈ ਬਿਕਾਜ਼ ਯੂ ਸੇਵ ਸੋ ਮੈਨੀ ਲਾਈਵਸ ਇਨ ਦੈਟ। ਐਂਡ ਅੱਜ ਦਾ ਡੇ ਅਸੀਂ ਚੁਣਿਆ 14th of February ਐਂਡ 2023 ਫਸਟ ਇਨੀਸ਼ੀਏਟਿਵ ਸਾਡਾ ਇੱਧਰ ਦਾ ਹੈ। ਰੈਰਸ ਇਜ਼ ਦਾ ਮੇਨ ਟੀਮ, ਬਟ ਬੀਂਗ ਬਾਉਂਡਲੈਸ ਲਵ, ਬਾਉਂਡਲੈਸ ਲਵ ਇਜ਼ ਅ ਟੀਮ ਆਫ 12 NGOs। ਅਸੀਂ ਇਕੱਠੇ ਹੋ ਕੇ ਇੱਕ ਪਲੈਟਫਾਰਮ ਬਣਾਇਆ ਬਾਉਂਡਲੈਸ ਲਵ, ਉਹਦਾ ਫਸਟ ਇਵੈਂਟ ਹੈ ਐਂਡ ਦਿਸ ਇਜ਼ ਗੋਇੰ ਟੂ ਬੀ ਅ ਮੈਗਾ ਇਵੈਂਟ। ਵੀ ਹੈਵ ਸੋ ਮੈਨੀ ਪੀਪਲ ਐਂਡ ਸਪੈਸ਼ਲੀ ਸਾਡੇ ਨਾਲ ਆਏ ਨੇ ਗੈਸਟ ਫਰੋਮ ਕੈਨੇਡਾ ਐਂਡ ਹੀ ਇਜ਼ ਆਲਸੋ ਹੈਵਿੰਗ NGO ਓਵਰ ਦੇਅਰ, ਇੰਡੀਅਨ NGO ਉੱਥੇ ਚਲਾ ਰਹੇ ਨੇ, ਰਾਈਟ? ਐਂਡ ਵੀ ਵੈਲਕਮ ਹਿਮ, ਕਰਮਜੀਤ ਸਿੰਘ ਗਿੱਲ ਜੀ ਨੇ। ਐਂਡ ਕਿੱਦਾਂ ਦਾ ਫੀਲ ਹੋ ਰਿਹਾ ਇੰਡੀਆ ਵਿੱਚ? ਵੈਰੀ ਐਕਸਾਈਟਡ, ਕਿਉਂਕਿ ਆਈ ਐਮ ਆਲ ਦਾ ਟਾਈਮ ਆਈ ਐਮ ਰੈਡੀ ਟੂ ਹੈਲਪ ਅਦਰ ਪੀਪਲ, ਹੈ ਨਾ। ਜਦੋਂ ਮੈਨੂੰ ਡਾਕਟਰ ਸਾਹਿਬ ਨੇ ਆ ਕੇ ਦੱਸਿਆ ਵਿਦਿਨ 5 minutes ਹੀ, ਕਹਿੰਦੇ ਵੀ ਆਪਾਂ ਜਾਣਾ, ਡਾਕਟਰ ਰਜਿੰਦਰ ਸਹਾਇਤਾ ਦੇ ਸਾਡੇ ਇੰਡੀਆ ਦੇ ਮੁਖੀ ਨੇ, ਅਤੇ ਮੈਨੂੰ ਕਹਿੰਦੇ ਇੱਦਾਂ ਜਾ ਕੇ ਆਉਣਾ। ਮੈਂ ਕਿਹਾ ਜੀ ਤਾਂ ਇਟਸ ਮਾਈ ਗੁੱਡ ਲੱਕ ਕਿ ਮੈਂ ਉਹਦੇ ਆਪਣੇ ਆਪ ਨੂੰ ਕਰੋ ਲੱਕੀ ਸਮਝਦਾ ਕਿ ਮੈਂ ਇਹੋ ਜਿਹੇ ਲੋਕਾਂ ਨੂੰ ਮਿਲੂੰਗਾ ਜਿਹੜੇ ਹਮੇਸ਼ਾ ਕਿਸੇ ਦੂਸਰਿਆਂ ਲਈ ਸੋਚਦੇ ਆ। ਕਿਉਂਕਿ ਮੇਰੀ ਸੋਚ ਇਹ ਆ ਕਿ ਆਪਣੇ ਲਈ ਆਪਾਂ ਸਾਰੇ ਜਿਉਂਦੇ ਹਾਂ ਕਿ ਕਿਸੇ ਹੋਰ ਲਈ ਜਿਉਣ ਦਾ। ਕਹਿੰਦੇ ਉਹ ਗਾਣੇ ਜਿਹੀਆਂ ਮੈਨੂੰ ਦੋ ਲਾਈਨਾਂ ਯਾਦ ਆਉਂਦੀਆਂ ਨੇ ਕਿ ਜੀਣਾ ਉਸਕਾ ਜੀਣਾ ਹੈ ਜੋ ਔਰੋਂ ਕੋਈ ਜੀਵਨ ਦੇਤਾ ਹੈ। ਮੇਰਾ ਖਿਆਲ ਹੈ ਲਾਈਨ ਤੁਹਾਡੇ 'ਤੇ ਇਸ ਇਹ ਤਾਂ ਬਹੁਤ ਢੁੱਕਦੀ ਆ ਕਿ ਅਦਰਵਾਈਜ਼ ਜੀਣਾ ਕੋਈ ਜੀਣਾ ਨਹੀਂ ਹੁੰਦਾ, ਇਹ ਜੀਣਾ ਅਸਲੀ ਹੈ ਜਿਹੜਾ ਕਿਸੇ ਦੂਸਰਿਆਂ ਲਈ ਜਿਉਂਦੇ ਹਾਂ। ਤਾਂ ਮੈਂ ਮਹਿਸੂਸ ਕਰਦਾ ਕਿ ਉੱਥੇ ਵੀ ਅਸੀਂ ਟੋਰਾਂਟੋ ਦੇ ਵਿੱਚ ਸਹਾਇਤਾ ਕੈਨੇਡਾ ਟੀਮ ਰਨ ਕਰਦੇ ਹਾਂ, ਅਤੇ ਉੱਥੋਂ ਆਪਣੀ ਜੋਬ ਦੇ ਨਾਲ ਨਾਲ ਸਾਰੇ ਅਸੀਂ ਵਲੰਟੀਅਰਸ ਹੈਗੇ ਹਾਂ, ਉਹਦੇ ਨਾਲ ਨਾਲ ਥੋੜ੍ਹਾ ਟਾਈਮ ਕੱਢ ਕੇ ਅਸੀਂ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ। ਕਿਉਂਕਿ ਮੋਸਟਲੀ ਅਸੀਂ ਕੰਮ ਇੰਡੀਆ ਦੇ ਵਿੱਚ ਗਰਾਊਂਡ ਲੈਵਲ 'ਤੇ ਕਰਦੇ ਹਾਂ, ਜਿਹਨੂੰ ਡਾਕਟਰ ਰਜਿੰਦਰ ਟੇਕੇਅਰ ਕਰਦੇ ਆ, ਪਰ ਉੱਥੋਂ ਅਸੀਂ ਫੰਡਿੰਗ ਕਰਦੇ ਹਾਂ ਇਹਨਾਂ ਨੂੰ ਐਵਰੀ ਮੰਥ। ਸੋ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਉਹ ਜਿਹੇ ਲੋਕਾਂ ਦੇ ਦਰਸ਼ਨ ਕਰਕੇ ਜਿਹੜੇ ਕਿ ਦੂਸਰਿਆਂ ਦੀ ਹੈਲਪ ਕਰਕੇ ਰਾਜੀ ਹੈ। ਸੋ ਇਹ ਮੈਨੂੰ ਬਹੁਤ ਚੰਗਾ ਲੱਗਦਾ ਇਸ ਤਰ੍ਹਾਂ ਕਰਕੇ। ਮੈਮ ਜੇ ਗੱਲ ਕੀਤੀ ਜਾਵੇ ਅੱਜ ਦੀ 14 February ਕਿਉਂ, ਅੱਜ ਦਾ ਹੀ ਦਿਨ ਕਿਉਂ ਚੂਜ਼ ਕੀਤਾ ਤੁਸੀਂ? ਕਿਉਂਕਿ ਡੇਜ਼ ਤਾਂ ਹੋਰ ਵੀ ਨੇ। ਨਮਸਕਾਰ, ਅੱਜ ਦਾ ਦਿਨ ਇੱਕ ਪਿਆਰ ਦਾ ਦਿਵਸ ਹੈ, ਅੱਜ ਅਸੀਂ ਪਿਆਰ ਵੰਡਦੇ ਹਾਂ, ਔਰ ਇਸ ਤੋਂ ਵੱਡਾ ਦਾਨ ਕੀ ਹੋ ਸਕਦਾ ਹੈ ਜਦੋਂ ਅਸੀਂ ਆਪਣਾ ਬਲੱਡ ਦੇ ਕੇ ਕਿਸੇ ਦੂਸਰੇ ਦੀ ਜ਼ਿੰਦਗੀ ਨੂੰ
होर दान दे सकते हाँ ताकि वह अपनी जिंदगी स्वस्थ जी सके। और आज दे दिन लिए मेरा एक भी संदेश है, स्टे फिट, ईट राइट एंड डोनेट ब्लड, ताकि असी किसी की भी जिंदगी किसी भी ऐसे मौके पर आके दे सकी। जिहड़ी साड़ी बाउंडलैस लव टीम है उनके अंदर सारिया हदा पार करके असी एक दूसरे की सहायता करने लिए अज सारी NGOs जड़िया एक ऐसे प्लेटफॉर्म से खड़िया हाँ जिन्होंने अज मैगा इवेंट 14th February टू स्प्रैड लव एंड डोनेटिंग ब्लड एंड स्प्रैडिंग लव इज़ द मोस्ट इंपॉर्टेंट थीम ऑफ टूडेज 14th February दैट इज़ वैलेंटाइनस डे। मेरे वालों सारे मेरे दोस्तों मेरे फ्रेंड्स नूं सारे शहर वासियों अपील आ कि तुसीं जो असीं कीता इहदे साडा साथ दिओ ताकि असीं अगे इस नूं होर स्प्रैड कर सकीए। अगे असीं होर भी इवेंट्स इदां दे करांगे, तुहाडे नाल शेयर भी करांगे, ते तुसीं कोशिश करो कि साडे नाल जुड़ो ताकि लोकां दी आपां ज़्यादा तो ज़्यादा सेवा कर सकीए।